ਅਸਲਾਮੁਅਲੈਕੁਮ ਜਨਾਬ, ਮੇਰੀ ਦੁਕਾਨ 'ਤੇ ਦੋ ਭਾਈ ਤੋਤਲੇ ਆਏ ਨੇ ਅਤੇ ਮਾਸ਼ਾਅੱਲਾ ਇਹਨਾਂ ਦੀਆਂ ਗੱਲਾਂ ਤੋਤਲੀਆਂ ਤੋਤਲੀਆਂ ਬੜੀਆਂ ਮਜ਼ਾਹੀਆ ਲੱਗਦੀਆਂ ਨੇ। ਇੱਕ ਦਾ ਨਾਂ ਅਲੀ ਅਤੇ ਇੱਕ ਦਾ ਨਾਂ ਮੈਨੂੰ ਨਾਂ ਕੋਈ ਨਹੀਂ ਜਾਂਦਾ। ਹਾਂਜੀ ਭਾਈ ਦਾ ਇਸ ਬੰਦੇ ਦਾ ਬਾਂਹ ਹੈ ਮੁਹਾਰਮਾ ਤੋਂ ਬਾਅਦ, ਇਹ ਆਉਂਦਾ ਮੈਂ ਬਾਂਹ ਕਰਾਉਣਾ, ਮੈਂ ਤੱਤੇ ਦਾ ਗੁੱਤ ਦੇਣਾ, ਰੰਗ ਭੰਨੇ ਤੌਲ ਅਤੇ ਅੱਥਾ ਆਉਂਦਾ ਰੰਗ ਭਰੰਗੇ ਚੌਲ ਅਤੇ ਮੋਰ ਹੋਰ ਕੁਝ ਵੀ ਦੱਸ। ਇਹਨਾਂ ਨੇ ਇਹਨੇ ਆਖਿਆ ਮੈਂ ਤੇ ਵਿਆਹ ਤੇ ਮੈਂ ਮੈਂ ਤਾਂ ਇੱਦਾਂ ਲੰਦ ਰੂਪ ਕੋਣੀ, ਐਡਾ ਰੰਗ ਰੂਪ ਤਾਂ ਸੋਹਣਾ ਉਂਝ ਕੋਣੀ। ਬਾਕੀ ਅੱਲਾ ਦਾ ਦੇਣ ਹੈ ਵੀ ਯਾਰ, ਕਿਸੇ ਦੱਸਣਾ ਨਹੀਂ ਚਾਹੀਦਾ। ਤੁਸੀਂ ਐਵੇਂ ਹੱਸ ਰਿਹਾ ਜੇ ਕੁਛ ਨਹੀਂ ਹੁੰਦਾ ਹੁੰਦਾ ਯਾਰ, ਖਵਾਇਸ਼ ਹੈ। ਅਤੇ ਜਿਹੜਾ ਬਾਜ਼ਾਰ ਟੁੱਟਿਆ ਜਾਂਦਾ ਜੇ, ਕਿਹੜੀਆਂ ਟਾਈਲਾਂ ਦਾ ਸੋਨੇ ਦੀਆਂ ਲਵਾਉਣੀਆਂ ਨੇ, ਕਿਹੜੀਆਂ ਲਵਾਉਣੀਆਂ ਤੋਨੇ ਦੀਆਂ ਤੇਰੀਆਂ? ਤੋਨੇ ਦੀਆਂ ਟਾਈਲਾਂ ਲਵਾਉਣੀਆਂ ਨੇ ਮੇਰੇ, ਜਿੱਥੇ ਬਹੁਤ ਹੀ ਪੈਰ ਨੱਟੇ ਦੀ ਟੋਨੇ ਦੀਆਂ ਮੈਂ ਲਵਾਉਣੀਆਂ ਨੇ। ਪਤਾ ਆਉਂਦਾ ਜੀ, ਜਿੱਥੇ ਬਹੁਤ ਹੀ ਪੈਰ, ਮੇਰੀ ਬਹੁਤ ਹੀ ਆਦਤ ਪੈਰ ਇੱਥੇ ਦੀ ਨਾ, ਤੰਬਰਾ ਵੀ ਸਾਰਾ ਥੋਨੇ ਦਾ। ਹੋਰ ਕਿੱਥੇ ਕਿੱਥੇ ਲਵਾਉਣੀਆਂ ਸੋ? ਇਹਨੇ ਨਾਨੀਆਂ ਦੇ ਅੰਦਰ ਦੋ ਇੱਥੇ ਬੁਰੀ ਆਪਦੀ ਥੋਵੇਂ ਦੀ ਇਸ ਦੀ, ਫਿਰ ਆਉਂਦਾ ਮੈਂ ਤੋਨੇ ਦੀਆਂ ਲਵਾਉਣੀਆਂ ਨੇ। ਹੁਣ ਵੇ ਨੋਤਦਾ ਫਿਰਦਾ ਇਹਦੀ ਬੁਰੀ ਲੱਭਦੀ ਪੀ ਇਹਨੂੰ, ਆਉਂਦੀ ਹੈ ਮੇਰਾ ਕੰਜਰ ਛਾਈ ਧਿਆ। ਆਉਂਦਾ ਆਉਂਦੇ ਤੋਨੇ ਦੀਆਂ ਇੱਟਾਂ ਮੈਂ ਤੇ ਰੂਮ 'ਚ ਲਵਾਉਣੀਆਂ। ਚਲੋ ਅੱਲਾ ਤਲੇ ਇਹਦਾ ਰਿਹਾ ਹੁੰਦਾ ਵਿਚਾਰੇ ਦਾ, ਵੇ ਪਰੇ ਤਾਮ ਕਿੰਨਾ ਹੈ।